ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਮਿੱਤਰੋ। ਹੋਪਫੁਲੀ ਵੀ ਤੁਹਾਨੂੰ ਆਪਣੇ ਜਿਹੜੇ ਬਲੌਗ ਆ ਅੱਗੇ ਨਾਲੋਂ ਵਧੀਆ ਲੱਗਦੇ ਹੋਣਗੇ, ਅਤੇ ਕਿਉਂਕਿ ਜ਼ੋਰ ਮੈਂ ਪੂਰਾ ਲਾਇਆ ਆ। ਅਤੇ ਬਾਕੀ ਹੁਣ ਮੇਰਾ ਵੀ ਦਿਲ ਕਰਦਾ ਪਿਆ ਵੀ ਆਪਾਂ ਕੋਲ ਵੀ 1 ਲੱਖ ਵਾਲਾ ਉਹ ਜਿਹੜਾ ਆਉਂਦਾ ਨਹੀਂ ਹੁੰਦਾ, ਕੀ ਕਹਿੰਦੇ ਹੁੰਦੇ ਉਹਨੂੰ, ਯੂਟਿਊਬ ਤੋਂ 1 ਲੱਖ ਸਬਸਕ੍ਰਾਈਬਰ ਹੋ ਕੇ ਉਹ ਟੋਕਨ ਜਿਹਾ ਕੀ ਆਉਂਦਾ ਹੁੰਦਾ, ਕੂਪਨ ਜਿਹਾ ਕੀ ਕਹਿੰਦੇ ਹੁੰਦੇ ਉਹਨੂੰ, ਪਤਾ ਨਹੀਂ ਕੀ ਕਹਿੰਦੇ ਹੁੰਦੇ, ਉਹ ਮੇਰਾ ਵੀ ਦਿਲ ਕਰਦਾ ਵੀ ਆਵੇ। ਅਤੇ ਸੋ ਹੁਣ ਮੈਂ ਚੱਲਾਂ ਆ ਟਰੱਕ 'ਤੇ ਦੁਬਾਰਾ, ਹਾਰਲੇ ਖੜ੍ਹਾ ਵਿਚਾਰਾ ਸਾਈਡ 'ਤੇ, ਇਹਨੂੰ ਮੈਂ ਕੱਢਦਾ ਕਿਸੇ ਦਿਨ। ਬਾਬੇ ਜੀ ਵੀ ਨਾ ਬੈਟਰੀ ਪਾਉਣ ਵਾਲੀ ਆ, 2021 ਦਾ ਜਿਹੜਾ ਡਾਕੂਮੈਂਟਰੀ ਸ਼ੂਟ ਹੋਈ ਸੀ ਉਦੋਂ ਦਾ ਵਰਤਿਆ ਹੋਇਆ ਇਹ, ਉਹ ਤੋਂ ਬਾਅਦ ਚਲਾਇਆ ਨਹੀਂ। ਇੱਕ ਆ ਮੇਰੇ ਕੋਲ ਆ ਵੀ ਪਿਓ ਆ ਫਿਲਟਰ ਆ, ਇਹ ਫਲੀਟ ਏਅਰ ਵਾਲੇ ਮਹਿੰਗੇ ਫਿਲਟਰ ਆ, ਇਹ ਰੈਗੂਲਰ ਜਿਹੜਾ ਬਰੀਦਰ ਹੈਗਾ 380 ਦਾ ਇਹਦਾ, ਉਹਨੂੰ ਲੱਗਦੇ $800 ਦੇ ਮੈਂ ਲਏ ਸੀਗੇ। ਜੇ ਕਿਸੇ ਨੂੰ ਚਾਹੀਦੇ ਮੇਰੇ ਕੰਮ ਦੇ ਨਹੀਂ, ਕਿਉਂਕਿ ਹੁਣ ਮੇਰੇ ਕੋਲ ਛੋਟੇ ਬਰੀਦਰ ਆ, ਜੇ ਕਿਸੇ ਨੂੰ ਚਾਹੀਦੇ ਹੋਣ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ, ਆਪਾਂ $500 ਦੇ ਕੱਢ ਦਾਂਗੇ। ਬ੍ਰੈਂਡ ਨਹੀਂ ਆ ਹਾਲੇ, ਓਪਨ ਵੀ ਨਹੀਂ ਕੀਤੇ ਆ, ਦੇਖੋ ਉਦੋਂ ਦੀ ਫਰਾਈਜੈਲ ਫਰੂਜੈਲ ਲਿਖਿਆ ਪਿਆ ਸਾਰਾ ਉੱਤੇ, ਉੱਦਾਂ ਦੀ ਓਰੀਜਨਲ ਪੈਕਿੰਗ ਦੇ ਵਿੱਚ ਹੀ ਹੈਗੇ ਆ। ਅਤੇ ਇੱਧਰ ਹੁਣ ਗੱਡੀ ਖੜ੍ਹੀ ਬਾਹਰ, ਹਵਾ ਦੇਖੋ ਕਿਤੇ ਚੱਲਦੀ ਆਉਂਦੇ, ਹਵਾ ਵਾਲਾ ਤਾਂ ਸਿਰਾ ਲੱਗਾ ਪਿਆ ਨਾ ਬਾਬਿਓ, ਪੂਰੇ ਦੁਬਈ ਬਣਿਆ ਪਿਆ, ਪਾਮ ਟਰੀ ਲਾ ਕੇ ਨਹੀਂ, ਇੱਧਰ ਆਪਣੇ ਵੀ ਪਾਮ ਟਰੀ ਹੈਗੇ ਆ, ਸਿਰਾ ਲੱਗਾ ਪਿਆ ਸਿਰਾ। ਅੱਜ ਕੱਲ੍ਹ ਬਾਬੇ ਆਪਾਂ ਐਵਰੀਡੇ ਜੜੀਆਂ ਬੂਟੀਆਂ ਵੀ ਖਾਈ ਦੀਆਂ, ਸ਼ਿਲਾਜੀਤ ਐਂਡ ਅਸ਼ਵਗੰਧਾ ਇਹ ਵੀ ਖਾ ਲਈਦੀਆਂ ਆਪਾਂ ਕਿਤੇ ਕਿਤੇ ਨਹੀਂ, ਰੋਜ਼ ਹੀ ਖਾ ਲੈਂਦਾ ਮੈਂ, ਕਹਿੰਦੇ ਅੰਦਰੂਨੀ ਸ਼ਕਤੀ ਲਈ ਬਹੁਤ ਵਧੀਆ ਹੁੰਦੀਆਂ ਇਹ। ਜਦੋਂ ਆਪਾਂ ਘਰੋਂ ਤੁਰੇ ਸੀਗੇ, ਪਵਿੱਤਰ ਭਾਈ ਮੈਨੂੰ ਲੈਣ ਆਇਆ ਸੀਗਾ ਯਾਰਡ ਨੂੰ ਛੱਡਣ ਲਈ, ਅਤੇ ਫਿਰ ਆਪਾਂ ਟਰੱਕ 'ਚ ਜਾ ਕੇ ਉੱਥੇ ਪੋਡਕਾਸਟ ਬਣਾਈ ਸੀਗੀ, ਅਤੇ ਸਾਰਿਆਂ ਦੇਖ ਲਈ ਹੋਣੀ ਆ। ਜੇ ਨਹੀਂ ਦੇਖੀ ਤਾਂ ਤੁਸੀਂ ਜਿਹੜੀ ਤੋਂ ਰੀਸੈਂਟ ਵੀਡੀਓ ਹੈਗੀ ਆ ਜਾ ਕੇ ਦੇਖ ਸਕਦੇ ਆ, ਵੈਸੇ ਮੈਂ ਵੀਡੀਓ ਦਾ ਜਿਹੜਾ ਹੈਗਾ ਆ ਲਿੰਕ ਆ ਥੱਲੇ ਅਟੈਚ ਕਰ ਦੇਣਾ ਆ, ਅਤੇ ਇੱਥੇ ਕਲਿੱਕ ਕਰਕੇ ਤੁਸੀਂ ਪੋਡਕਾਸਟ ਦੇਖ ਸਕਦੇ ਆ। ਥੋੜ੍ਹੀ ਜਿਹੀ ਆਡੀਓ ਦੀ ਪ੍ਰੋਬਲਮ ਉਹਦੇ ਵਿੱਚ ਆਈ ਸੀਗੀ, ਨੋ ਡਾਊਟ, ਅਤੇ ਆਪਾਂ ਉਹਦੇ ਉੱਤੇ ਵੀ ਵਰਕ ਕਰ ਰਹੇ ਹਾਂ। ਹਾਂਜੀ ਬਾਬੇ, ਲੋਹੜ ਚੱਕਣ ਆ ਗਿਆ ਮੈਂ ਸ਼ੈਫਟਰ, ਉਹ ਮੋਹਰੇ ਐਮਾਜ਼ੋਨ ਦਾ ਵੇਅਰ ਹਾਊਸ ਆ, ਇੱਧਰ ਹੈਗਾ ਰੌਸ ਵਾਲਿਆਂ ਦਾ। ਅਤੇ ਅੱਜ ਗਾਰਡ ਸ਼ੈਕ 'ਤੇ ਆਪਣੀ ਇੰਡੀਅਨ ਕੁੜੀ ਖੜ੍ਹੀ ਸੀ ਇੱਕ, ਅਤੇ ਉਹਨੇ ਮੈਨੂੰ ਚੈੱਕ ਇਨ ਕੀਤਾ ਹੈਗਾ ਆ, ਅਤੇ ਟਰਾਲਾ ਨੰਬਰ ਦੱਸਿਆ ਵੀ ਕਿੱਥੋਂ ਜਾ ਕੇ ਚੱਕਣਾ। ਅਤੇ ਮੈਂ ਬਾਬੇ ਉਹ ਹਫ਼ਤਾ ਇੱਕ ਘਰ ਰਿਹਾ, ਕਿਉਂਕਿ ਮੈਨੂੰ ਨਾ ਪਿਛਲੇ ਸਾਲ ਇੱਕ ਗੋਰੇ ਨੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਪਾਰਕਿੰਗ ਟਿਕਟ ਦਿੱਤੀ ਸੀ, ਉਹਨੇ ਇੱਕੋ ਵਾਰ ਟਰੱਕ ਪਾਰਕ ਕਰਨ ਦੀਆਂ ਮੈਨੂੰ 3 ਟਿਕਟਾਂ ਦਿੱਤੀਆਂ, 2 ਟਿਕਟਾਂ ਉਹਨੇ ਮੈਨੂੰ ਫੜਾਤੀਆਂ, 3 ਉਹਨੇ ਜਾਣ ਕੇ ਨਹੀਂ ਮੈਨੂੰ ਦਿੱਤੀ। 2 ਟਿਕਟਾਂ ਦੇ ਮੈਂ $185 ਪੇ ਕਰਤੇ ਸੀ, 3 ਟਿਕਟ ਜਿਹੜੀ ਸੀ ਉਹਦੇ $90 ਰਹਿੰਦੇ ਸੀ, ਉਹਦੇ ਕਰਕੇ ਮੈਨੂੰ 31 ਦਸੰਬਰ ਆਪਣੇ ਮਾਰਚ ਨੂੰ ਮੇਰੀਆਂ ਪਲੇਟਾਂ ਰਿਨਿਊ ਹੋਣੀਆਂ ਸੀ ਟਰੱਕ ਦੀਆਂ। ਜਦੋਂ ਰਿਨਿਊ ਕਰਨ ਲੱਗੇ ਤਾਂ ਉਹ ਕਹਿੰਦੇ ਜੀ ਤੁਹਾਡੇ ਰੈਕਰਡ 'ਤੇ ਟਿਕਟ ਸ਼ੋਅ ਹੁੰਦੀ ਹੈ, ਵੀ ਜਿੰਨਾ ਚਿਰ ਉਹ ਕਲੀਅਰ ਨਹੀਂ ਹੁੰਦੀ ਤਾਂ ਉਨਾ ਚਿਰ ਪਲੇਟਾਂ ਨਹੀਂ ਮਿਲਣੀ, ਉਹਦੇ ਕਰਕੇ ਮੈਨੂੰ ਹਫ਼ਤਾ ਇੱਕ ਘਰੇ ਬਹਿਣਾ ਪਿਆ। ਐਡਾ ਕੁੱਤਾ ਗੋਰਾ ਸੀ ਨਾ ਉਹ, ਪੁੱਛਿਓ ਨਾ ਬਾਬਾ ਜੀ, ਮਤਲਬ ਕਿ ਉਹਦਾ ਕੰਮ ਹੀ ਸਾਡਾ ਇਹ ਆ ਵੀ ਟਿਕਟਾਂ ਦੇਣੀਆਂ ਲੋਕਾਂ ਨੂੰ, ਤੰਗ ਕਰਨਾ, ਹਰਾਸ ਕਰਨਾ ਲੋਕਾਂ ਨੂੰ ਨਾ। ਜਦੋਂ ਮੈਨੂੰ ਪਲੇਟਾਂ ਨਹੀਂ ਨਾ ਮਿਲੀਆਂ ਤਾਂ ਹਫ਼ਤਾ ਇੱਕ ਮੈਨੂੰ ਘਰੇ ਬਹਿਣਾ ਪਿਆ, ਮੇਰੇ ਮਨ 'ਚੋਂ ਨਿਕਲ, ਮੈਂ ਕਹਿਣਾ ਨਹੀਂ ਚਾਹੀਦਾ ਚਲੋ, ਪਰ ਮੇਰੇ ਮਨ 'ਚੋਂ ਨਿਕਲੀ, ਮੈਂ ਕਿਹਾ ਮਰਜ਼ੀ ਸਾਲਾ, ਚਲੋ ਸਾਡੇ ਕਿਹਾ ਤਾਂ ਕਿਸੇ ਨੇ ਕੀ ਮੰਨਣਾ। ਪਰ ਮੈਨੂੰ ਦੁੱਖ ਜਿਹਾ ਬੜਾ ਲੱਗਾ ਯਾਰ, ਵੀ ਵਰਕਿੰਗ ਕਲਾਸ ਨੂੰ ਤੁਸੀਂ ਕਿੰਨਾ ਤੰਗ ਕਰਦੇ ਆ, ਜਿਹੜੇ ਵਿਹਲੜ ਲੋਕ ਆ ਇੱਥੇ ਫਰੀ ਫੰਡ ਖਾਂਦੇ ਆ ਉਹਨਾਂ ਨੂੰ ਤੁਸੀਂ ਜਵਾਈ ਬਣਾਇਆ, ਅਤੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਤੁਸੀਂ ਤੰਗ ਕਰੀ ਜਾਂਦੇ ਨਾ। ਸੋ ਇੱਦਾਂ ਵੀ ਚੱਲਦਾ ਅੱਜ ਕੱਲ੍ਹ ਇੱਥੇ ਬਾਬੇ, ਬਹੁਤ ਜ਼ਿਆਦਾ ਲੋਡ ਬਾਬੇ ਚੱਕ ਲਿਆ ਟਰਾਲਾ ਮੈਂ, ਅਤੇ ਦੇਖ ਲਓ ਤੁਹਾਡੇ ਸਾਹਮਣੇ ਘਰੋਂ ਜਦੋਂ ਮੈਂ ਤੁਰਿਆ ਉਸ ਵੇਲੇ ਹਨੇਰੀ ਆਈ ਆ, ਹਨੇਰੀ ਆ ਕੇ ਨਾਲ ਹੀ ਹੁਣ ਦੇਖ ਲਓ ਮੀਂਹ ਸ਼ੁਰੂ ਹੋ ਗਿਆ, ਅਤੇ ਉੱਧਰ ਮੋਹਰੇ ਤਹਿ 'ਚ ਵੀ ਸਨੋਅ ਪੈਣ ਡਈ ਆ, ਉੱਥੋਂ ਵੀ ਸਨੋਅ ਪੈਂਦੀ 'ਚ ਨਿਕਲੂੰਗਾ ਹੁਣ ਮੈਂ।
ਅਤੇ ਬਾਬੇ ਦੀ ਮਿਹਰ ਨਾਲ, ਪਰ ਮੀਂਹ ਪੈਂਦੇ ਜਾਣਾ ਟਰੱਕ ਬੜਾ ਘੈਂਟ ਲੱਗਦਾ, ਇਹ ਗੱਲ ਤਾਂ ਹੈਗੀ ਹੈ ਬਾਬੇ। ਇੱਧਰ ਲਾਲ WW900 ਕਰਾ ਕਿਸੇ ਗੋਰੇ ਦਾ, ਇੱਥੇ ਹੁਣ ਮੈਂ ਔਨ ਡਿਊਟੀ ਪਾਈ ਉਹ 15 ਮਿੰਟ ਦੀ, ਪਾ ਕੇ ਆਪਾਂ ਤਾਂ ਇੱਥੋਂ ਤੁਰ ਪੈਣਾ ਆ, ਫਿਰ ਜਾ ਕੇ ਬਾਰਸ ਤੋਂ ਕੌਫੀ ਚੱਕੂੰਗਾ, ਫਿਰ ਸਿੱਧਾ ਕਿੰਗਮੈਨ। ਹੁਣ ਬਾਬੇ ਤੁਸੀਂ ਕਰਨਾ ਗੁੱਸਾ, ਤੁਸੀਂ ਕਹਿਣਾ ਵੀ ਯਾਰ ਲੋਹੜ ਕਿੱਦਾਂ ਦਾ ਲਾਇਆ, ਵੀ ਤੇ ਹਜ ਵੀ ਤਾਂ ਸਨੋਹ ਪੈਣ ਡੇ ਸੀ, ਹੁਣ ਮੈਂ ਤੇ ਹਜ ਵੀ ਆ ਖੜਾ ਅਤੇ ਇੱਥੇ ਧੁੱਪ ਨਿਕਲੀ ਵਾ। ਬਾਬੇ ਮੇਰੇ ਕੋਲ ਨਾ ਜਿਹੜੀ ਵੀਡੀਓ ਬਣੀ ਸੀ ਲੋਹੜ ਲਾਉਣ ਦੀ, ਮੇਰੇ ਕੋਲ ਉਹ ਨਾ ਮੈਮਰੀ ਕਾਰਡ ਟੁੱਟ ਗਿਆ ਬਾਬਿਓ, ਗੋਪਰੋ 'ਚੋਂ ਕੱਢਣ ਲੱਗਾ ਸੀ ਮੈਂ ਮੈਮਰੀ ਕਾਰਡ, ਅਤੇ ਮੈਮਰੀ ਕਾਰਡ ਟੁੱਟ ਗਿਆ ਮੇਰੇ ਤੋਂ, ਉਹਦੇ ਕਰਕੇ ਆਪਣਾ ਸਾਰਾ ਜਿਹੜਾ ਹੈਗਾ ਆ ਵਲੋਗ ਜਿਹੜਾ ਆ ਸੱਤਿਆ ਨਾਸ ਮੱਚ ਗਿਆ ਉਹਦਾ, ਅਤੇ ਮੈਂ ਹੁਣ ਮੁੜ ਕੇ ਆ ਗਿਆ ਸੀਗਾ, ਖਾਲੀ ਟਰੱਕ ਲੈ ਕੇ ਆ ਗਿਆ ਮੈਂ, ਅਤੇ ਰੱਬ ਦਾ ਡਬਲ ਆ ਕਰੇ ਹੁਣ ਜਾ ਕੇ ਘਰੇ, ਅਤੇ ਅੱਜ ਬੁੱਕ ਕਰਦੇ ਹਾਂ ਕੋਈ ਟਰਾਲਾ ਲੋਡ ਆਪਣਾ ਪਾਵਾਂਗੇ ਹੁਣ, ਅਤੇ ਫਿਰ ਦੇਖਦੇ ਹਾਂ ਕੀ ਬਣਦਾ। ਪਰ ਇਸ ਟ੍ਰਿਪ ਲਈ ਮੇਰੇ ਵੱਲੋਂ ਸੌਰੀ ਬਹੁਤ ਜ਼ਿਆਦਾ ਬਾਬੇ, ਓਇਲ ਚੇਂਜ ਡਿਊ ਸੀਗਾ ਬਾਬੇ, ਮੈਂ ਕਿਹਾ ਚੱਲ ਅੱਜ ਹੁਣ ਖਾਲੀ ਲੈ ਕੇ ਆਉਂਦੇ ਹਾਂ ਮੈਂ ਓਕਲਾਮਾ ਸਿਟੀ ਤੋਂ ਟਰੱਕ, ਅਤੇ ਲੋਡ ਨਹੀਂ ਮਿਲਿਆ ਮੈਨੂੰ ਉੱਥੇ, ਅਤੇ ਮੈਂ ਕਿਹਾ ਬਹਿਣਾ ਨਹੀਂ ਇੱਥੇ ਹੁਣ, ਅਤੇ ਖਾਲੀ ਲੈ ਚਲੋ, ਟੁਲਸੇ ਲਾਇਆ ਸੀਗਾ ਟੁਲਸੇ ਤੋਂ ਵਾਪਸੀ ਫਿਰ ਖਾਲੀ ਕਰਤੀ ਮੈਂ ਟਰੱਕ ਦੀ, ਹਾਂ ਅਤੇ ਹੁਣ ਇੱਥੇ ਕਿੰਗਮੈਨ ਆ ਗਿਆ ਸੀਗਾ, ਮੈਂ ਕਿਹਾ ਚੱਲ ਓਇਲ ਚੇਂਜ ਕਰਾ ਲਈਏ, ਅਤੇ ਘਰ ਨੂੰ ਜਾਣ ਡਿਆ ਵਾਪਸ, ਮੈਂ ਸਿੱਧਾ ਹੀ ਗੱਡੀ ਖਿੱਚੀ ਉਹ ਆ, ਅਤੇ ਆਹ ਦੇਖ ਲਓ ਮਗਰ ਟਰਾਲਾ ਟਰੂਲਾ ਕੋਈ ਹੈ ਨੀਗਾ, ਅਤੇ ਰੱਬ ਦਾ ਡਬਲ ਆ ਕਰੇ ਓਇਲ ਚੇਂਜ ਕਰਾ ਕੇ ਇੱਥੋਂ ਫਿਰ ਦੁਬਾਰਾ ਨਿਕਲਦੇ ਹਾਂ, 6-7 ਵੱਜ ਗਏ ਆ ਸ਼ਾਮ ਦੇ, ਅਤੇ ਬਾਬਾ ਸੁੱਖ ਰੱਖੇ 1-2 ਵਜੇ ਤਾਈਂ ਘਰੇ ਪਹੁੰਚ ਹੋਜੂਗਾ। ਰੀਫਰ ਰੈਂਟ 'ਤੇ ਪਾਇਆ ਸੀਗਾ ਪਹਿਲਾਂ, ਜਿਹਨਾਂ ਨੂੰ ਰੈਂਟ ਦੇ ਉੱਤੇ ਦਿੱਤਾ ਸੀਗਾ, ਅਤੇ ਉਹ ਤੱਪੜ ਤੁੱਪੜ ਰੋਲ ਗਏ ਉਹਨਾਂ ਦੇ ਬਾਈ ਹੋਣਾ ਦੇ, ਰੈਂਟ ਵੀ ਨਹੀਂ ਸਾਨੂੰ ਦਿੱਤਾ ਉਹਨੇ 3-4 ਮਹੀਨੇ ਦਾ, ਮੈਂ ਫਿਰ ਅੱਜ ਜਾ ਕੇ ਮੈਂ ਚੱਕ ਲਿਆ ਰੀਫਰ, ਮੈਂ ਚੱਲ ਆਪਣਾ ਰੀਫਰ ਤਾਂ ਲੈ ਕੇ ਆਈਏ, ਹੁਣ ਮੈਂ ਇਹਦੇ
ਔਨ ਕਰਨ ਲੱਗਾ ਸੀਗਾ ਤੇ ਬੈਟਰੀ ਡੈਡ ਹੋ ਗਿਆ ਸੀ, ਮੈਨੂੰ ਲੱਗਦਾ ਮਹੀਨਾ ਖੜੇ, ਡੇਢ ਮਹੀਨਾ ਖੜੇ ਨੂੰ ਸ਼ਾਇਦ, ਅਤੇ ਮੈਂ ਜੰਪ ਜੁੰਪ ਲਾਇਆ ਸਵੇਰੇ ਪਰ ਗੱਲ ਨਹੀਂ ਬਣੀ। ਹੁਣ ਫਿਰ ਮੈਂ ਨਵੀਂ ਬੈਟਰੀ ਲੈ ਕੇ ਆਇਆ, ਮੈਂ ਕਿਹਾ ਚੱਲ ਨਵੀਂ ਬੈਟਰੀ ਰੱਖਦਾ ਇਹ 'ਚ, ਫਿਰ ਇਹਨੂੰ ਕਰਦੇ ਸਟਾਰਟ। ਬੈਟਰੀਆਂ ਬੜੀਆਂ ਮਹਿੰਗੀਆਂ ਹੋ ਗਈਆਂ ਬਾਬੇ, ਹਰੇਕ ਚੀਜ਼ ਹੀ ਮਹਿੰਗੀ ਹੋ ਗਈ ਬਾਬਾ ਜੀ। ਆਹ ਓਇਲ ਚੇਂਜ ਕਰਾਇਆ, ਉਹਦਾ ਵੀ ਮੈਂ ਤੁਹਾਨੂੰ ਕਿੱਸਾ ਦੱਸੂੰਗਾ, ਜਿਹੜਾ ਕੱਲ੍ਹ ਓਇਲ ਚੇਂਜ ਕਰਾਇਆ ਨਾ। ਆਹ ਲਿਆਂਦੀ ਬੈਟਰੀ, ਇਹ ਵੀ ਮਹਿੰਗੀ ਆ, $121 ਦੀ ਮਿਲੀ ਆ ਕੋਰ ਰਿਟਰਨ ਕਰਕੇ। ਦੇਖ ਲਓ ਫਿਰ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੋ ਗਈ ਆ। ਕੀ ਹਾਲ ਵੀ ਬੈਟਰੀ ਹੈ, ਬਹੁਤ ਭਾਰੀ ਆ ਬਰਾਬਰ ਬੈਟਰੀ। ਮੈਂ ਪੌੜੀ ਲਿਆ ਕੇ ਮੈਂ ਫਲੈਟ ਵੈਟ ਤੋਂ ਕੱਢ ਕੇ ਰੱਖ ਲਈ ਸੀ ਇੱਥੇ, ਮੈਂ ਕਿਹਾ ਚੱਲ ਪੌੜੀ ਨਾਲ ਈਜ਼ੀ ਹੋ ਜੂ ਕੰਮ। ਫਰੀ ਰੱਖਤੀ ਆ ਬਾਬੇ, ਇਹਨਾਂ ਗਰੀਸ ਲਾ ਦੀਏ ਮੈਂ ਕਹਿੰਦਾ ਥੋੜ੍ਹੀ ਜਿਹੀ ਨਾ, ਗਰੀਸ ਮੇਰੇ ਕੋਲ ਪਈ ਉਹ ਆ, ਉਹ ਗਰੀਸ ਲਾਉਂਦੇ ਮਾੜੀ ਜਿਹੀ ਪਹਿਲਾਂ ਨਟਾਂ ਦੇ ਉੱਤੇ ਨਾ। ਉਹਨਾਂ ਆਹ ਦੇ ਲੈ, ਕੱਲ੍ਹ ਓਇਲ ਚੇਂਜ ਕਰਾਇਆ ਸੀ, ਇੱਥੇ ਜੋ ਲੱਗੀ ਆ ਗਰੀਸ ਤਾਜ਼ੀ ਤਾਜ਼ੀ, ਇਹ ਲਾ ਦੇਣੀ ਆਪਾਂ ਨੇ। ਇਹਨੂੰ ਕਹਿੰਦੇ ਲੋਡ ਕੱਢਣ ਦੀ ਮਾਂ ਹੈ, ਹੈਂਜੀ ਠੀਕ ਨਹੀਂ। ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਤੇਰੀ ਭੈਣ ਨੂੰ ਨਾਡੇ ਪਈ, ਹੋ ਗਿਆ ਨਟ ਆਉਂਦੇ। ਚੱਲ ਬਈ ਕੀ ਗੱਲ, ਮੰਨਦੀ ਕਿ ਨਹੀਂ ਗੱਲ ਬਾਬਿਓ, ਆਹ ਚਾਬੀਆਂ ਜੀਆਂ ਜਿਹੜੀਆਂ ਨਾ, ਇਹ ਮੈਂ ਉੱਥੋਂ ਲਿਆਉਣੀਆਂ ਸੀਗੀਆਂ, ਕੀ ਨਾਂ ਉਹਨਾਂ ਦਾ, ਆਪਣਾ ਹਾਰਬਰ ਫਰੇਟ ਤੋਂ ਸਸਤੀਆਂ ਮਿਲ ਗਈਆਂ ਇਹ, ਪਰ ਇੱਦਾਂ ਦੀ ਨਾ ਟਾਇਰ ਜਗ੍ਹਾ 'ਤੇ ਬਹੁਤ ਕੰਮ ਆਉਂਦੀਆਂ। ਮੈਨੂੰ ਵਾਰ ਵਾਰ ਕੱਢ ਕੇ ਪਾਉਣ ਨੂੰ ਜੀ ਲੋੜ ਨਹੀਂ ਪੈਂਦੀ। ਵਿੱਚ ਨਾ ਜੁਗਾੜ ਜਿਹੜਾ ਵਿੱਚ ਆਹ ਇਹ ਹੁੰਦਾ ਅਸਲੀ ਇਹਦਾ ਕੰਮ, ਇਹਨੂੰ ਇਹਦੇ ਵਿੱਚ ਇੱਦਾਂ ਫਸਾ ਲੈਣਾ ਮੁੜ ਕੇ, ਇਹਨੂੰ ਦੁਬਾਰਾ ਕੱਢਣ ਦੀ ਲੋੜ ਨਹੀਂ। ਜਿੱਦਾਂ ਰੈਂਚ ਕੰਮ ਕਰਦੇ ਨਾ ਉੱਦਾਂ ਕਰਦਾ ਵੇ ਇਹ ਕੰਮ, ਚਾਬੀ ਇਹ ਵਾਲੀ। ਹਾਂਜੀ ਕੀ ਹਾਲ ਚਾਲ ਮਿੱਤਰੋ, ਸੋ ਗੱਲ ਹੈਗੀ ਇੱਦਾਂ ਬਾਬੇ ਵੀ ਮੈਂ ਬੈਟਰੀ ਬੂਟਰੀ ਪਾਤੀ ਆ, ਅਤੇ ਹੁਣ ਆਹ ਲਾ ਲਓ ਵੀ ਜਿਹੜੀ ਪੌੜੀ ਆ, ਪੌੜੀ ਜੀਪ ਦੇ ਮਗਰ ਰੱਖਦੀ ਆ, ਹੁਣ ਮੈਂ ਜਾ ਕੇ ਅਤੇ ਰੱਬ ਦਾ ਡਬਲ ਆ ਕਰੇ ਪੌੜੀ ਫਲੈਟ ਬੈਡ ਦੇ ਥੱਲੇ ਰੱਖ ਲੈਣੀ ਆ, ਅਤੇ ਰੀਫਰ ਮੈਂ ਚੱਲਦਾ ਛੱਡ ਦੇਣਾ ਅੱਜ ਰਾਤ ਸਾਰੀ, ਦੇਖਣ ਨੂੰ ਵੀ ਸਹੀ ਚੱਲਦਾ ਕਿਉਂਕਿ ਆਪਾਂ ਨਹੀਂ ਚਲਾਇਆ ਸੀਗਾ ਰੀਫਰ ਰੈਂਟ 'ਤੇ ਸੀਗਾ, ਅਤੇ ਪਤਾ ਨਹੀਂ ਕੋਈ ਪ੍ਰੋਬਲਮ ਪ੍ਰੋਬਲਮ ਆਈ ਹੋਵੇ ਇਹ ਤੋਂ ਪਹਿਲਾਂ ਵੀ ਆਪਾਂ ਲੋਡ ਚੱਕ ਲਈਏ ਕੋਈ ਵਿੱਚ, ਹੈ ਨਾ, ਅਤੇ ਮੁੜ ਕੇ ਕੋਈ ਓਵਰ ਦਾ ਰੋਡ ਪ੍ਰੋਬਲਮ ਆ ਜਾਵੇ। ਉਹ ਕੰਮ ਤੋਂ ਬਚਣ ਲਈ ਆਪਾਂ ਨੇ ਕੀ ਕਰਨਾ, ਆਪਾਂ ਨੇ ਇਹਨੂੰ ਅੱਜ ਰਾਤ ਚੱਲਦਾ ਛੱਡ ਦੇਣਾ। ਮੈਂ -22 'ਤੇ ਲਾਇਆ ਆ, 4 ਡਿਗਰੀ 'ਤੇ ਆ ਗਿਆ ਰੀਫਰ, ਅਤੇ ਕਰਕੇ ਮੁੜ ਕੇ ਅਤੇ ਫਿਰ ਕਹਿ ਲਓ ਵੀ ਆਪਾਂ ਨੇ ਕਨਫਰਮ ਹੋ ਜਾਊਗਾ ਵੀ ਹਾਂ ਬਈ -12-22 'ਤੇ ਜੇ ਚੱਲੀ ਗਿਆ, ਫਿਰ ਪਤਾ ਹੁੰਦਾ ਬੰਦੇ ਨੂੰ ਵੀ ਹਾਂ ਵੀ ਰੀਫਰ ਠੀਕ ਚੱਲਦਾ, ਨਹੀਂ ਤਾਂ ਜਿੰਨਾ -22 'ਤੇ ਇਹਦਾ ਜ਼ੋਰ ਲੱਗਣਾ ਆ, ਇਹਨੇ ਜੇ ਮਾੜਾ ਮੋਟਾ ਉੱਤੇ ਥੱਲੇ ਕੁਛ ਹੋਇਆ ਇਹਨੇ ਉਹ ਚੀਜ਼ ਜਿਹੜੀ ਹੈਗੀ ਆ ਕੰਮ ਕੱਢ ਦੇਣਾ ਹੁੰਦਾ, ਠੀਕ ਹੈ ਜੀ। ਹੁਣ ਮੈਂ ਫਲੈਟ ਵੈਟ 'ਤੇ ਆਪਣੇ 'ਤੇ ਰੱਖਾਂ ਪੌੜੀ,
ਪੌੜੀ ਰੱਖ ਕੇ ਅਤੇ ਫਿਰ ਆਪਾਂ ਕਹਿ ਲਓ ਵੀ ਚਲੀਏ ਘਰ ਨੂੰ। ਨਾਲੇ ਮੈਂ ਤੁਹਾਨੂੰ ਜਿਹੜੀ ਇੱਕ ਵਾਅਦਾ ਕੀਤਾ ਸੀਗਾ ਰੇਟ ਕਨਫਰਮੇਸ਼ਨ ਦਾ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਆਇਆ ਮੈਂ ਵਾਪਸ ਖਾਲੀ ਮੁੜ ਕੇ ਹੀ ਹਾਂ, ਪਰ ਜਿਹੜੀ ਗੱਲ ਹੈਗੀ ਹੈਗੀ ਆ, ਉਹ ਮੈਂ ਤੁਹਾਨੂੰ ਫਿਰ ਦਿਖਾ ਦਿੰਦਾ। ਹੁਣ ਕਹਿ ਲਓ ਵੀ ਆ ਲੈ ਇੱਥੇ ਰੱਖ ਦੇਣਾ ਆਪਾਂ ਨੇ, ਹੁਣ ਲਿਆ ਕੇ ਆਪਣੀ ਪੌੜੀ ਨੂੰ ਇੱਥੇ ਦੇਖੀ ਵੀ ਇਹ ਖੜਾ ਹੁੰਦਾ ਕਿ ਨਹੀਂ ਇੱਦਾਂ ਵੀਡੀਓ ਬਣਾਉਣ ਲਈ। ਹੈ ਬਣ ਗਈ ਗੱਲ ਕਿ ਹੁਣ ਨਾਲੇ ਦੇਖਦੇ ਇੱਥੋਂ ਆਵਾਜ਼ ਕੈਪਚਰ ਕਰਦਾ ਕਿ ਨਹੀਂ ਇੰਨੀ ਦੂਰੋਂ ਤੁਰੇ ਜਾਂਦੇ ਦੀ। ਪੌੜੀ ਕੱਢ ਕੇ ਰੱਖ ਦਈਏ ਆਪਾਂ, ਬਾਕੀ ਗੱਲਾਂ ਬਾਅਦ ਦੀਆਂ। ਤੇਰਾ ਇਸ ਗੱਡੀ 'ਚ ਹੁਣ ਕੋਈ ਕੰਮ ਨਹੀਂ। ਆ ਗਈ ਪੌੜੀ, ਆ ਗਈ ਪੌੜੀ। ਪੌੜੀ ਨੂੰ ਇੱਥੇ ਰੱਖ ਕੇ ਇਹਦੀਆਂ ਆਪਾਂ ਨੇ ਦੋ ਤਿੰਨ ਚੀਜ਼ਾਂ ਕਰ ਦੇਣੀਆਂ। ਇੱਕ ਤਾਂ ਆਹ ਬੰਜੀ ਇੱਥੇ ਭਰਨੀ ਆ, ਠੀਕ ਹੈ ਜੀ, ਅਤੇ ਇੱਧਰਲੀ ਜਿਹੜੀ ਬੰਜੀ ਆ ਉਹ ਆਪਾਂ ਨੇ ਇੱਧਰ ਭਰਨੀ ਆ। ਓਕੇ, ਫਿਰ ਆਹ ਜਿਹੜੀ ਬੰਜੀ ਆ ਇਹਦੇ ਉੱਤੋਂ ਦੀ ਆਪਾਂ ਨੇ ਇੱਥੇ ਭਰਨੀ ਆ। ਆਹ ਜਿਹੜੀ ਬੰਜੀ ਆ ਇਹ ਆਪਾਂ ਨੇ ਇਹਦੇ ਵਿੱਚੋਂ ਦੀ ਕੱਢਦੀ ਹੈ, ਇਹਦੇ ਵਿੱਚੋਂ ਦੀ ਕੱਢ ਕੇ ਇੱਥੇ ਲਾ ਦੇਣੀ। ਲਓ ਜੀ ਆਪਣੀ ਪੌੜੀ ਹੋ ਗਈ ਹੈ ਸਿਕਿਓਰ, ਹੁਣ ਨਹੀਂ ਹਿਲਦੀ ਹੈ, ਮਾੜੀ ਮੋਟੀ ਹਿੱਲੂ ਵੀ ਤਾਂ ਜਾਂਦੀ ਨਹੀਂ ਕਿਤੇ। ਓਕੇ ਜੀ, ਹੁਣ ਆਪਾਂ ਜੀਪ ਨੂੰ ਕਰ ਲਈਏ ਬੰਦ, ਮਗਰੋਂ ਵਿੰਡੋ ਖੋਲੀ ਉਹ ਆਹ ਸ਼ੈਡੋ ਖੜਾ ਉੱਧਰ, ਆਹ ਮੇਰਾ ਗੁਆਂਢੀ ਆ ਗਿਆ ਨੀਲੇ ਟਰੱਕ ਵਾਲਾ ਜਿਹੜਾ ਬਾਈ ਆ, ਇਹ ਮੇਰਾ ਗੁਆਂਢੀ ਆ ਮੇਰੇ ਨਾਲ ਟਰੱਕ ਲਾਉਂਦਾ ਇਹ। ਗੁਆਂਢੀ ਹੈ ਹਮਰਾ, ਵਾਹਿਗੁਰੂ। ਗੁਆਂਢੀ ਨੇ ਲੱਗਿਆ ਲਾਉਣ ਬੈਗ ਆਪਣੇ ਟਰੱਕ ਦੇ ਨਾਲ ਥੱਲੇ। ਓਕੇ ਆਪਾਂ ਨਿਕਲ ਜਾਈਏ ਪਹਿਲਾਂ ਬਾਈ ਤਸੱਲੀ ਨਾਲ ਬੈਗ ਲਾ ਲਓ ਇੱਧਰ ਆ ਰਹੇ, ਆਹ ਦੋ ਪੀਟਾਂ ਵਾਲੇ ਬਾਈ ਖੜ੍ਹੇ ਕਾਰ ਹੋਲਡਰ, ਇਹ ਵੀ ਕੁਛ ਨਾ ਕੁਛ ਕਰਨ ਲੱਗੇ ਹੀ ਰਹਿੰਦੇ ਗੱਡੀਆਂ ਨੂੰ। ਇੱਧਰ ਆਪਣਾ ਰੀਫਰ ਚੱਲਣ ਡਿਆ, ਰੀਫਰ ਮੈਂ ਕਹਿੰਦਾ ਬੰਦ ਕਰ ਹੀ ਦਈਏ, ਨਹੀਂ ਚੱਲਦਾ ਰਹਿਣ ਦਿੰਦਾ ਮੈਂ ਨਾ, ਸ਼ਾਮ ਨੂੰ ਆ ਕੇ ਜਾਂ ਕੱਲ੍ਹ ਨੂੰ ਸਵੇਰੇ ਆ ਕੇ ਫਿਰ ਚੈੱਕ ਕਰੂੰਗਾ, ਉਹਨਾਂ ਆਪਣੀ ਤਸੱਲੀ ਹੋ ਜੂਗੀ ਬਾਬਾ ਜੀ। ਲੋਡ ਲੂਡ ਚੱਕਿਆ ਹੋਇਆ ਫਿਰ ਟੈਨਸ਼ਨ ਨਹੀਂ ਕੋਈ, ਹੈ ਨਾ, ਗੱਲ ਆਹੀ ਆ, ਹੋਰ ਤਾਂ ਕੋਈ ਚੱਕਰ ਨਹੀਂ। ਅਤੇ ਹੁਣ ਮੈਂ ਜਿਹੜਾ ਤੁਹਾਨੂੰ ਦਿਖਾਉਣਾ ਅੰਦਰ ਬਹਿ ਕੇ ਜਗਾਰਮੈਂਟ। ਹਾਂਜੀ ਬਾਬਾ ਜੀ, ਸੋ ਗੱਲ ਹੈਗੀ ਇੱਦਾਂ ਵੀ ਹੁਣ ਆਪਾਂ ਆ ਗਏ ਆਪਣੇ ਵਾਅਦੇ ਦੇ ਉੱਤੇ, ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਲੋਡ ਕਿੰਨੇ ਕਦੇ ਮਿਲਦੇ ਆ, ਅਤੇ ਜਿਹੜਾ ਮੈਂ ਇੱਧਰੋਂ ਲੈ ਕੇ ਗਿਆ ਸੀਗਾ ਲੋਡ, ਕੁਦਰਤੀ ਗੱਲ ਆ, ਅਤੇ ਇੱਕੋ ਹੀ ਲੋਡ ਲਾਇਆ ਪਿਛਲੇ ਗੇੜੇ ਮੈਂ, ਅਤੇ ਰੱਬ ਤੁਹਾਡਾ ਭਲਾ ਕਰੇ। ਉਹ ਲੋਡ ਮੈਂ ਚੱਕਿਆ ਸੀ ਸ਼ੈਫਟਰ ਤੋਂ, ਇੱਥੋਂ ਬੇਕਰਫੀਲਡ ਆਪਣੇ ਲੱਗ ਗਈ ਆ ਸ਼ੈਫਟਰ,
ਤੇ ਸ਼ੈਫਟਰ ਤੋਂ ਮੈਂ ਲੋਡ ਚੱਕਿਆ ਸੀ, ਰੱਬ ਤੁਹਾਡਾ ਭਲਾ ਕਰੇ। ਆਹੋ ਇੱਥੇ ਯਾਰ ਵਿਊ ਕਰਕੇ ਦੇਖਦੇ ਹਾਂ। ਸ਼ੈਫਟਰ ਤੋਂ ਚੱਕ ਕੇ ਟੁਲਸਾ ਓਕਲਾਹੋਮਾ ਗਿਆ ਸੀਗਾ ਲੋਡ। ਗਰਮੀ ਬੜੀ ਹੋ ਗਈ ਬਾਬੇ, ਅੱਜ ਮੈਨੂੰ 90 ਡਿਗਰੀ ਟੈਂਪਰੇਚਰ ਆ ਬੇਕਰਫੀਲਡ 'ਚ। ਅਤੇ ਸ਼ੈਫਟਰ ਤੋਂ ਉਹਨਾਂ ਦਾ ਟਰਾਲਾ ਚੱਕਿਆ, ਜਾ ਕੇ ਡਰਾਪ ਕਰਤਾ 2 ਦਿਨਾਂ ਦੇ ਵਿੱਚ। ਅਤੇ ਲੋਡ ਸੀਗਾ ਬਾਬੇ ਉਹ ਆਪਣਾ, ਆਹ ਦੇਖ ਲਓ ਬਾਬਾ ਜੀ, ਰੋਸ ਤੋਂ ਚੱਕਿਆ ਮੈਂ, ਅਤੇ ਪਤਾ ਨਹੀਂ ਹੁਣ ਤੁਹਾਨੂੰ ਦੀਦਾ ਕਿ ਨਹੀਂ ਦੀਦਾ। ਅਤੇ ਟੁਲਸੇ ਲੈ ਕੇ ਗਿਆ ਲੋਡ, ਅਤੇ ਇਹਦਾ ਹੁਣ ਰੇਟ ਤੁਹਾਨੂੰ ਮੈਂ ਦਿਖਾਵਾਂ। ਰੇਟ ਕਿੱਥੇ ਆ, ਰੇਟ ਮੈਨੂੰ ਮਿਲਿਆ ਸੀਗਾ ਜੀ $3,350 ਦਾ, ਠੀਕ ਹੈ ਜੀ। ਮਤਲਬ ਕਿ 3,350 ਲਾ ਲਓ ਵੀ ਉਹੀ ਸਵਾ ਕੁ $2 ਦੇ ਲਾਗੇ ਰੇਟ ਸੀਗਾ ਆਪਣਾ ਲੋਡ ਦਾ। ਆ ਰਹੇ ਆ ਲਓ ਜੀ, ਆ ਇੱਥੇ ਰੇਟ ਲਿਖਿਆ ਆ $3,350। ਪਤਾ ਨਹੀਂ ਹੁਣ ਸਕਰੀਨ 'ਤੇ ਦੀਦਾ ਕਿ ਨਹੀਂ ਦੀਦਾ ਤੁਹਾਨੂੰ, ਜੇ ਨਹੀਂ ਦੀਦਾ ਤਾਂ ਮੈਂ ਬਾਅਦ 'ਚ ਦੇਖ ਲੂੰਗਾ ਵੀਡੀਓ, ਅਤੇ ਮੈਂ ਸਕਰੀਨਸ਼ੋਟ ਕਰਕੇ ਵਿੱਚ ਪਾ ਦੂੰਗਾ। ਸੋ ਜੇ ਟੈਕਨੀਕਲੀ ਮੈਨੂੰ ਵਾਪਸੀ ਲੋਡ ਮਿਲ ਜਾਂਦਾ ਉੱਥੋਂ, ਅਤੇ ਉਹ ਮੇਰਾ ਲੋਡ ਕੋਈ $2,400-2,500 ਦੀ ਵਾਪਸੀ ਹੋਣੀ ਸੀ ਉੱਥੋਂ, ਅਤੇ ਕਹਿ ਲਓ ਵੀ $6,000 ਦਾ ਆਪਣਾ ਓਕਲਾਹੋਮਾ ਦਾ ਆਉਣ ਜਾਣ ਹੋ ਜਾਣਾ ਸੀਗਾ ਪਾਵਰ ਓਨਲੀ ਲੋਡ ਦੇ ਵਿੱਚ। ਅਤੇ ਉਹ ਆਪਾਂ ਨੂੰ ਚਲੋ ਵਾਪਸੀ ਮਿਲੀ ਨਹੀਂ, ਫਿਰ ਮੈਂ ਖਾਲੀ ਟਰੱਕ ਹੀ ਮੋੜ ਲਿਆ ਸੀਗਾ। ਅਤੇ ਰੱਬ ਤੁਹਾਡਾ ਭਲਾ ਕਰੇ, ਹੁਣ ਜਿਹੜੀ ਗੱਲ ਹੈਗੀ ਇੱਦਾਂ ਵੀ ਮੈਨੂੰ ਅੱਜ ਵੀ ਲੋਡ ਨਹੀਂ ਮਿਲਿਆ, ਅਤੇ ਇੱਕ ਲੋਡ ਮੈਨੂੰ ਜੇਵੀ ਹੰਡ ਨੇ ਦਿੱਤਾ ਸੀਗਾ, ਦੇ ਕੇ ਲੋਡ ਨੌਰਥ ਕਰ ਲਾ ਇਹਨਾਂ ਦੇ ਸ਼ਾਰਲਟ ਜਾਣਾ ਸੀਗਾ, ਮੁੜ ਕੇ ਉਹਨੇ ਕੈਂਸਲ ਕਰਤਾ ਪਤਾ ਨਹੀਂ ਕੱਲ੍ਹ ਹੀ। ਆਹ ਦੇਖੋ ਆਹ ਜਿਹੜਾ ਲੋਡ ਆ ਇਹ ਜੇਵੀ ਹੰਡ ਨੇ ਕੈਂਸਲ ਕਰਤਾ, ਇਹ ਫਲੈਟ ਬੈੱਡ ਦਾ ਲੋਡ ਬੁੱਕ ਕੀਤਾ ਸੀਗਾ ਮੈਂ, ਇਹ ਨਹੀਂ ਕੈਂਸਲ ਕਰਤਾ ਅੱਜ, ਅਤੇ ਮੈਨੂੰ ਫਿਰ ਮੁੜ ਕੇ ਆਪਣਾ ਕਿਸੇ ਪਾਸੇ ਜਾ ਨਹੀਂ ਹੋਇਆ ਆਪਣੇ ਤੋਂ। ਹੁਣ ਮੈਂ ਕੱਲ੍ਹ ਨੂੰ ਸਵੇਰੇ ਉੱਠ ਕੇ ਲੋਡ ਲੱਭੂੰਗਾ, ਫਿਰ ਆਪਾਂ ਰੋਡ 'ਤੇ ਆਵਾਂਗੇ ਬਾਬਾ ਜੀ, ਅਤੇ ਫਿਰ ਕਰਾਂਗੇ ਗੱਲਬਾਤ। ਅਤੇ ਨਾਲੇ ਹੁਣ ਹੌਲੀ ਹੌਲੀ ਨਾ ਬਾਬੇ ਮੈਂ ਥੋੜ੍ਹਾ ਜਿਹਾ ਅੰਦਰੋਂ ਵੀ ਟਰੱਕ ਦਾ ਕੰਮ ਕਰਨਾ ਸ਼ੁਰੂ ਕਰਨਾ ਆ, ਅਤੇ ਰੱਬ ਤੁਹਾਡਾ ਭਲਾ ਕਰੇ। ਚਲੋ ਠੀਕ ਆ ਬਾਬੇ, ਫਿਰ ਮਿਲਦੇ ਹਾਂ ਅਗਲੇ ਵਲੋਗ 'ਚ, ਤਦ ਤੱਕ ਲਈ ਰੱਬ ਰੱਖਾ ਅਤੇ ਸਤਿ ਸ਼੍ਰੀ ਅਕਾਲ ਜੀ।